ਸਜਣੋ ਸੰਗੀਤ ਬੇਲੀਓ, ਅੱਜ ਸਨ ਆਇਆ ਇੱਥੇ ਕਿਲਾ ਕਟਾਸ, ਤਹਿਸੀਲ ਚੂਹਾ ਸੈਦਨ ਸ਼ਾਹ ਤੇ ਜ਼ਿਲ੍ਹਾ ਚਕਵਾਲ। ਪੁਰਾਣੇ ਹਿੰਦੂ ਮਜ਼ਹਬ ਦੇ ਇੱਥੇ ਮੰਦਰ ਹਨ ਤੇ ਨਾਲ ਪਹਾੜ ਤੇ ਪਹਾੜ ਦੇ ਵਿੱਚ ਘਰ ਹਨ। ਮੈਂ ਆਖਿਆ ਵੋ ਮੰਦਰ ਯਾ ਉਹਦੇ ਸਿਲਸਿਲੇ ਤੇ ਸਾਰੇ ਸੰਗੀ ਵੇਦਨ ਬਹਿ ਸੰਗੀ ਨੇ ਵਿਖਾਈਏ। ਉਹ ਇੱਕੋ ਸਾਇੰਸਦਾਨ ਨਾ ਦਿਨ ਨਾ ਬਾਅਦ ਤਾਂ ਲੱਖਾਂ ਕਰੋੜਾਂ ਸਾਲ ਪਹਿਲੇ ਇਹ ਸਮੁੰਦਰ ਇਸ ਇਲਾਕੇ ਤੇ ਫੈਲੇ ਹੋਏ, ਇਸ ਤੋਂ ਪਿੱਛੇ ਪਿੱਛੇ ਹਟਦਾ ਗਿਆ ਤੇ ਇਹ ਜਾ ਖੁਸ਼ਕ ਹੁੰਦੀ ਗਈ ਆ। ਇੱਥੇ ਵੀ ਉਹ ਸਮੁੰਦਰੀ ਫਸਲ ਜਿਹੜੇ ਨੂੰ ਅਜੇ ਤੱਕ ਸਾਇੰਸਦਾਨ ਦੱਸਦੇ ਨੇ ਬੇਹਨ, ਜਿਵੇਂ ਅਗਾਰ ਹੈ ਨਾ। ਇੱਕ ਤੇ ਇਹ ਬਾਹਰ ਤਾਂ ਗਰਮੀਆਂ ਦੀ ਤਾਂ ਬੜੀ ਠੰਡ, ਅੰਦਰ ਤੇ ਏ ਸੀ ਆਰ ਚੱਲਦਾ ਪਿਆ ਤੇ ਆਹੋ। ਮੈਂ ਆਖਿਆ ਉਂਝ ਹੈ ਤੇ ਅੰਦਰ ਹਨੇਰਾ ਗੁੱਪ, ਪਤਾ ਕੋਈ ਨੀ ਲੱਗਣਾ, ਲੇਕਿਨ ਅੰਜ ਨਿੱਕੀ ਜੀ ਜਾਤੀ ਮਰਾਈ ਇੱਕ ਸੰਗੀਆਂ ਨੇ। ਅੱਗਾ ਆਹੋ ਤੁਹਾਨੂੰ ਵਿਖਾਈਂਦੇ ਹਾਂ ਜਰਾ। ਬੜਾ ਓਪਰਾ ਸਿਲਸਿਲਾ ਹੈ ਪਹਾੜ ਦੇ ਵਿੱਚ ਥੱਲੇ ਇੱਥੇ ਵਾ ਤੇ ਜਾਈ ਤੇ ਆਲਣੇ ਤੇ ਬਣ ਵਾਲੀਆਂ ਤੇ ਹਿੰਦੂ ਸਾਧੂ ਇੱਥੇ ਚਿੱਲਾ ਕਰਦੇ ਹਨ ਤੇ ਆਪਣੇ ਜਿਹੜੇ ਕੋ ਨੰਦੀ ਉਹ ਭਗਵਾਨ ਦੀ ਪੂਜਾ ਜਾਂ ਅੱਲਾ ਤੋਬਾ ਜਿਹੜੀ ਆਈ ਉਹ ਕਰਦੇ ਹੁੰਦੇ ਹਨ। ਇਸ ਤਾਂ ਮਾਫ਼ੀ ਦੱਸੋਗੇ, ਮੈਂ ਉਹ ਅੱਲਾ ਤੋਬਾ ਪਿਆ ਦੱਸੋ। ਇੱਕ ਇੱਕ ਕਨਸੈਪਟ ਹੁੰਦਾ ਬਸ, ਜਿਵੇਂ ਸਿੱਖ ਜਿਹੜੇ ਨੂੰ ਉਹ ਰੱਬ ਆਖ ਕੇ, ਈਸਾਈ ਖੁਦਾ ਆਖ ਕੇ, ਹਿੰਦੂ ਭਗਵਾਨ ਆਖ ਕੇ, ਮੁਸਲਮਾਨ ਅੱਲਾ ਆਖ ਕੇ, ਇਹ ਕੁਦਰਤ ਜਿਹੜੀ ਹੈ ਨਾ ਕੁਦਰਤ ਨੂੰ ਸਾਰੇ ਮੰਨਦੇ ਹਨ। ਤੇ ਉਹ ਇੱਥੇ ਜਿਹੜੇ ਉਹਨਾਂ ਦੇ ਹਿੰਦੂ ਸਾਧੂ ਹੁੰਦੇ ਹਨ ਉਹ ਆਪਣੇ ਭਗਵਾਨ ਨੂੰ ਰਾਜੀ ਕਰਨ ਲਈ ਆਪਣੇ ਚਿੱਲੇ ਕਰਦੇ ਹਨ ਤੇ ਨਾਲ ਉੱਤਾਂ ਜਿਹੜੇ ਨਾ ਇਹ ਨਾਨ ਸਾਇੰਸਦਾਨ ਦੱਸਦੇ ਨੇ ਸਮੁੰਦਰੀ ਫਸਲ ਹੈ ਨਾ ਬਈ ਆਹ ਜਿਵੇਂ ਆਹ ਪੁਰਾਣੇ ਦੰਦ ਹੋ ਜਾਂ ਉਹ ਤਹਿਦਾਰ ਚਟਾਨਾ ਜਾਂ ਉਹ ਸਿਲਸਿਲਾ ਬ ਜਿੱਥੋਂ ਉਹ ਆਦਿ ਨੂੰ ਇਸ ਤੋਂ ਪੱਕ ਹੁੰਦਾ ਵਾ ਕਦੀ ਇੱਥੇ ਨਾ ਸਮੁੰਦਰ ਆਈ। ਇਹ ਉੱਤਾਂ ਵੀ ਰਾਹ ਵਹਿੰਦਾ, ਇੱਕ ਗਾਰ ਜਿਹੜੀ ਹੈ ਉੱਤਾਂ ਵੀ ਵਹਿੰਦੀ ਪਈ ਆ, ਉੱਤਾਂ ਵੀ ਰਾਹ ਵਹਿੰਦਾ ਤੇ ਨਾਲ ਇਹ ਇਸ ਪਾਸੇ ਨਾ ਇਹ ਵੇਖਣ ਵਾਲੀ ਗੱਲ ਨੇ ਬਈ ਇਹ ਇੱਥੋਂ ਗਾਰ ਵਹਿੰਦੀ ਆ ਤੇ ਅੰਜ ਵਿੱਚੋਂ 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 ਲੱਗਦੀਆਂ ਲੱਗਦੀਆਂ ਇਹ ਅਗਰ ਪੂਰਾ ਪਹਾੜ ਜਿਹੜਾ ਭਰਾ ਕ੍ਰਾਸ ਕਰ ਵਹਿੰਦੀ ਆ ਤੇ ਅੱਧੇ ਨੂੰ ਕਿਸੇ ਜ਼ਮਾਨੇ ਖੁਫੀਆ ਰਸਤਾ ਆਈ ਬਈ ਤੋਂ ਪੈ ਕੇ ਭਰਾ ਨਿਕਲਣ ਦਾ ਅੱਗਾ ਗੁੱਪ ਨੇਰਾ ਸਾਡਾ ਤੇ ਟੁੱਕਰ ਸਾਗ ਨਹੀਂ ਪੇ ਜਾਂਦਾ ਬਾਗਾ ਵੰਝੀਏ ਤੇ ਉਂਝ ਇੱਥੇ ਗਾਈਡ ਆਈ ਉਸ ਦੱਸਿਆ ਵੀ ਹੈ ਲਾਈਟ ਮਾਰੇ ਅਗਰ ਦਿਸਦਾ ਹੀ ਪਿਆ ਲਾਈਟ ਮਾਰੇ ਅਗਰ ਦਿਸਦਾ ਹੀ ਪਿਆ ਬਈ ਅੱਗਾ ਰਾਹ ਹੈ ਪਰ ਸਾਥ ਹੁਣ ਅਗਾ ਮੰਜੀ ਉਹ ਕੋਈ ਨਹੀਂ ਤੇ ਉਹ ਜਦ ਸਰਕਾਰ ਸਾਂਭੀ ਹੋਇਆ ਐਡਾ ਹੈ ਨਾ ਬਾ ਜਿਹੜਾ ਗਰਮੀ ਪਾਉਣੀ ਹੈ ਨਾ ਚਮਚਿੱਠੀਆਂ ਚਮਗਾਦੜ ਵੱਡੇ ਚਮਚਿੱਠੇ ਜਿਹੜੇ ਹੁੰਦੇ ਨੇ ਉਹ ਨਵੇਂ ਬੋਰਡ ਲੈਣਾ ਮੁੜ ਕੇ ਸੰਬੰਧਾਂ ਤੋਂ ਇਸ ਪਾਸੇ ਨਹੀਂ ਵਹਿੰਦਾ ਮੁੜ ਇੱਥੋਂ ਨਹੀਂ ਰਹਿਣਾ ਤੇ ਨਾਲ ਉਹ ਹੁਣ ਹੋਣੀ ਹੈ ਵਰਤੀ ਖਲੋਤੀ ਹੈ ਸਾਡੇ ਨਾਲ ਬਸ ਸਾਹਮਣੇ ਉਹ ਕਿਲਾ ਕਟਾਸ ਹੈ ਉਹਦੇ ਅੱਗਾ ਲਿਖੀ ਹੋਇਆ ਬਸ ਇਹ ਜਿਹੜਾ ਨਹੀਂ ਅਜੇ ਤਾਈਂ ਅੱਗਾ ਅਪ੍ਰੈਲ ਦੀ ਕੋਈ ਤਰੀਕ ਲਿਖੀ ਹੋਈ ਆ ਬਸ ਉਦਣ ਤੱਕ ਨਾ ਇਹ ਬੰਦ ਆ ਹਿੰਦੂ ਦੀਆਂ ਹਿੰਦੂਆਂ ਦੀਆਂ ਕੋਈ ਮਜ਼ਹਬੀ ਰਸੂਮਾਤ ਦੀ ਵਜ੍ਹਾ ਤੋਂ ਆਉਂਦਾ ਵਹਿੰਦੀ ਆ ਤਰਲਾ ਕਰਦੇ ਆ ਜੇ ਲਿਆ ਉਹ ਨਾ ਮੰਨ ਤੇ ਮੁੜ ਅਸੀਂ ਆਪਣੇ ਸੰਗੀਆਂ ਨੂੰ ਵੀ ਕੁਝ ਵਿਖਿਸਾਂਗਾ ਤੇ ਜੇ ਉਹਨਾਂ ਨਾ ਮੰਨਿਆ ਤੇ ਮੁੜ ਸਾਡਾ ਵੀ ਪਦ ਜਿਹੜਾ ਜ਼ਾਇਆ ਗਿਆ ਤੇ ਸੰਗੀਆਂ ਵੀ ਵਧ ਕੇ ਵਿਖਾਉਣੇ ਸੰਗੀ ਵੱਲ ਕੀਤਾ ਇਜਾਜ਼ਤ ਜਲ ਗਈ ਆ ਉਹ ਤੇ ਨਾ ਲਿਖਿਓ ਹੈ 28 ਅਪ੍ਰੈਲ ਤਾਈਂ ਇਹ ਬੰਦ ਆ ਤੇ ਅਸੀਂ ਤਰਲਾ ਮਿਹਨਤ ਕੀਤਾ ਬਸ ਆਉਣ ਦਿਓ ਵੇਖਣ ਦਿਓ ਤੇ ਉਹ ਜਿਹੜੇ ਸਕਿਉਰਟੀ ਗਾਰਡ ਆਈ ਉਸ ਮੰਨ ਲਿਆ ਤਰਲਾ ਅੱਗ ਆ ਗਿਆ ਤੇ ਦੂਜੀ ਗੱਲ ਇਹ ਵੇਖਦੇ ਤੁਸੀਂ ਰੁਸ ਤੇ ਬੜੇ ਹੋ ਬੈ ਅਲਹਮਦੁਲਿਲਾ ਮੈਂ ਮੁਸਲਮਾਨ ਵੀ ਹਾਂ ਅੱਲਾਹ ਔਰ ਅੱਲਾਹ ਦੇ ਨਬੀ ਔਰ ਹਜ਼ੂਰ ਨਬੀ ਕਰੀਮ ਸੱਲਮ ਨੂੰ ਆਖਰੀ ਨਬੀ ਔਰ ਵਤ ਨਬੀ ਨਬੀ ਕਰਨ ਵਾਲਿਆਂ ਵਿੱਚੋਂ ਹਾਂ ਤੇ ਪੰਜਾਬ ਵਿਖਾਉਣਾ ਸਾਡਾ ਕੰਮ ਹੈ ਮੈਂ ਪਿੱਛਾਂ ਗੁਰਦੁਆਰਾ ਸਾਹਿਬ ਗਿਆ ਸੀ ਤੇ ਸੰਗੀ ਆਖਿਆ ਵਾ ਕਿਸਾ ਮੁਸਲਮਾਨ ਵਲੀ ਦੇ ਮਜ਼ਾਰ ਤੇ ਵੰਜੋ ਆ ਅਬਦੁੱਲਾ ਸ਼ਾਹ ਗਾਜ਼ੀ ਤੋਂ ਲੈ ਕੇ ਪੀਰ ਸਾਹਿਬ ਮਾਨਕੀ ਸ਼ਰੀਫ ਤੱਕ ਦੋਵੇਂ ਦੋਵਾਂ ਬੁੱਠੇ ਤੇ ਹਨ ਵਿੱਚ ਕੋਈ ਮਜ਼ਾਰ ਮੈਂ ਛੱਡਿਆ ਵੀ ਹੈ ਹਰ ਮਜ਼ਾਰ ਤੇ ਮੈਂ ਹਾਜ਼ਰੀ ਦਿੱਤੀ ਹੈ ਚੌਖਟ ਬੋਸੀ ਕੀਤੀ ਹੈ ਮੇਰੀ ਅਕੀਦਤ ਤੇ ਨਾਲ ਇਹ ਅਸਾਂ ਕਲਚਰ ਵਿਖਾਉਂਦੇ ਹਾਂ ਸਾਡੇ ਪੰਜਾਬ ਵਿੱਚ ਸਾਰੇ ਮਜ਼ਹਬ ਹਨ
ਤੇ ਇਹ ਕਿਲਾ ਕਿਲਾ ਕਟਾਸ ਆਪਣਾ ਇੱਥੇ ਝੂਸ ਹੈ ਦਿਨ ਸ਼ਾਹ ਅੱਗੇ ਤੁਹਾਨੂੰ ਦੱਸਿਆ ਆ ਤੇ ਇਹ ਵੇਖਣ ਮੰਦਰ ਉਹਨਾਂ ਦਾ ਸਾਰਿਆਂ ਤੋਂ ਉੱਚਾ ਮੰਦਰ ਹੈ ਤੇ ਹੁਣ ਕਿਉਂਕਿ ਇੱਥੇ ਪਾਬੰਦੀ ਹੈ ਨਾ ਬੰਦਾ ਹੋਰ ਕੋਈ ਨਹੀਂ ਸੀ ਹਾਂ ਆਪੇ ਲੱਗੇ ਵੱਧੇ ਹੁਣ ਸਾਨੂੰ ਪਤਾ ਕੋਈ ਨਹੀਂ ਬਾ ਕਿਹੜੀ ਬਿਲਡਿੰਗ ਕਿਸ ਮਕਸਦ ਵਾਸਤੇ ਇਸਤੇਮਾਲ ਹੁੰਦੀ ਹੈ ਜਾਂ ਤੁਹਾਨੂੰ ਜਾਤੀ ਮਰਾਉਣੀ ਆ ਬਾ ਇਹ ਮੇਨ ਮੰਦਰ ਜਿਹੜਾ ਨੇ ਇੱਥੇ ਹੈ ਤਾਲਾ ਬੰਦ ਤੇ ਸੰਗੀ ਰਸਤੇ ਤਨ ਬਖਾਲੀ ਬਿਲਡਿੰਗ ਹੀ ਆਏ ਤਾਂ ਉਹਨਾਂ ਦੇ ਭਗਵਾਨ ਕੋਈ ਨਹੀਂ ਮਤਲਬ ਬੋਸ਼ਿਤ ਕੋਈ ਨਹੀਂ ਨਾਲ ਆਸੇ ਪਾਸੇ ਵੀ ਹੈ ਦੋ ਛੋਟੀਆਂ ਛੋਟੀਆਂ ਜਾਈ ਬਣੀ ਹੋਈ ਹੁਣ ਗਵੇਰ ਕੋਈ ਨਹੀਂ ਆਇਆ ਕਿ ਹਿੰਦੂ ਜਾਣੂ ਮਿਲਿਆ ਨਾ ਤੇ ਉਹਦੇ ਕੋਲ ਸਾਰੀ ਤਫਸੀਲ ਪੁੱਛਾਂਗੇ ਤੇ ਨਾਲ ਉੱਥੇ ਪੁਰਾਣੇ ਚਟਾਨਾਂ ਦਾ ਚੂਨੇ ਪੱਥਰ ਦੀ ਬਣੀ ਹੋਈ ਬਿਲਡਿੰਗ ਹੈ ਬਹੁਤ ਉੱਚੀ ਹੈ ਥੱਲੇ ਤੁਹਾਨੂੰ ਵੇਖੇਂਦੇ ਹਨ ਤੁਹਾਨੂੰ ਸਹੀ ਉਸ ਗਿਆ ਐਡੀ ਚੋਖਾ ਲੰਮਾ ਚੌੜਾ ਕੋਈ ਨਹੀਂ ਲੇਕਿਨ ਸਹਿ ਸਰੀ ਹੈ ਥੱਲੇ ਥੱਲੇ ਵਹਿੰਦੇ ਤਾਂ ਪਤਾ ਲੱਗ ਸੀ ਗਿਆ ਆਇਸ ਪਾਸ ਵੀ ਸਭ ਤੋਂ ਚੜ੍ਹ ਕੇ ਆਇਆ ਪੁਰਾਣੀਆਂ ਬਿਲਡਿੰਗਾਂ ਹਨ ਵੇਖ ਲਈ ਜਾ ਵਾ ਐਡੀ ਵਸੀ ਕੋਈ ਨਹੀਂ ਉਹ ਸਾਹਮਣੇ ਪਹਾੜ ਹੈ ਜਿੱਥੇ ਅਸੀਂ ਅੱਗੋਂ ਵੇਖ ਕੇ ਆਏ ਹਾਂ ਗਾਰਾਂ ਸ਼ਹਿਰਾਂ ਜਾਂ ਉਹ ਸਾਰਾ ਸਿਲਸਿਲਾ ਹੀ ਇਹਦਾ ਸਰਕਾਰ ਦੇ ਦਫ਼ਤਰ ਹਨ ਅਤੇ ਅੱਗੇ ਵਹਿੰਦੇ ਹਾਂ ਤਾਂ ਅੱਗੇ ਤੁਹਾਨੂੰ ਹੋਰ ਵੇਖੀਂਦੇ ਹਾਂ ਬਾ ਇੱਥੇ ਕਹਿ ਕੇ ਅੱਗੇ ਹੋਰ ਸਿਲਸਿਲਾ ਹੈ ਜਿਉਂਦੇ ਵਸਤੇ ਰਹੋ ਗੱਲ ਕਰ ਇਸ ਜਾਈ ਤਾਂ ਨਾ ਇਹ ਸਵਾਦੀ ਸੀਨ ਆਉਂਦਾ ਪਿਆ ਆ ਇੱਥੇ ਕਿਲਾ ਨੁਮਾ ਕੋ ਸਿਲਸਿਲਾ ਪਿਆ ਲੱਗਦਾ ਇੱਕ ਤਾਂ ਇਹ ਬਿਲਡਿੰਗ ਵੀ ਕਿਲੇ ਦੀ ਪਈ ਲੱਗਦੀ ਆ ਬਾ ਆ ਪਾਸੇ ਤਾਂ ਫੌਜੀਆਂ ਹੀ ਜਾਈ ਵੀ ਬਣੀ ਹੋਣ ਵਿੱਚ ਬੂਹਾ ਸ਼ੋ ਵੀ ਬਡੇੜਾ ਵੱਧੀ ਦੀਵਾਰ ਹੈ ਉਹ ਕੋਈ ਵਿੱਚ ਵੀ ਤੁਸੀਂ ਵੇਖੋ ਨਾ ਉਹ ਜਿਹੜੇ ਸਕਿਉਰਟੀ ਸਿਸਟਮ ਹੁੰਦੇ ਆ ਇਹ ਵੀ ਰਿਹਾਇਸ਼ੀ ਬਿਲਡਿੰਗ ਹੀ ਲੱਗਦੀ ਪਈ ਆ ਉੱਥੋਂ ਸਵਾਦੀ ਖਿੜਕੀਆਂ ਵੀ ਦੋ ਤਰ੍ਹਾਂ ਮੰਜ਼ਿਲਾ ਇਮਾਰਤ ਹੈ ਇਹਦਾ ਥੱਲੇ ਜਿਹੜੀ ਹੈ ਨਾ ਇਹ ਵੀ ਕੋਈ ਖੁਫੀਆ ਬਿਲਡਿੰਗ ਪਈ ਲੱਗਦੀ ਤਾਂ ਉੱਪਰ ਵੀ ਕੋਈ ਮਹਿਮਾਨ ਖਾਨਾ ਟਾਈਪ ਜਿਹਾ ਉਹ ਉੱਥੇ ਵੇਖੋ ਨਾ ਛੱਤਾਂ ਤਾਂ ਵੀ ਅੱਗ ਬਲਣ ਵਾਲੀਆਂ ਜਾਈ ਵੀ ਬਣੀ ਹੋਣ ਅਤੇ ਸਾਰਾ ਸਿਸਟਮ ਨਿਜ਼ਾਮ ਬਣੇ ਹੋਏ ਅਤੇ ਇਸ ਹੋਏ ਤੁਸੀਂ ਵੇਖ ਸਕਦੇ ਆਸੇ ਪਾਸੇ ਆਪਾਂ ਨੇ ਕੋਈ ਸਕੂਲ ਬਣ ਗਿਆ ਸਕੂਲ ਵਿੱਚ ਵੀ ਪੁਰਾਣੀਆਂ ਇਮਾਰਤਾਂ ਹਨ ਇਹ ਗੁੰਬਦ ਜਿਹੜੇ ਨੇ ਜਾਈ ਜਾਈ ਖਲੋਤੇ ਹਨ ਖਿਲਾਰ ਖਿਲਾਰ ਸਹਿ ਇੱਦਾਂ ਇੱਥੇ ਬਸ ਨਹੀਂ ਸਮਝ ਆਈ ਇੱਕ ਹੀ ਗੱਲਾਂ ਦੀ ਬਸ ਪਤਾ ਨਹੀਂ ਇਹ ਆਪਣੇ ਹਿੰਦੂ ਮਜ਼ਹਬ ਦੇ ਵਿੱਚ ਸੌੜੀਆਂ ਇਮਾਰਤਾਂ ਕਿਉਂ ਬਣਾਉਂਦੇ ਹਨ ਵੇਖੋ ਨਾ ਬੜੀ ਸੋਹਣੀ ਉਸ ਜ਼ਮਾਨੇ ਦੀ ਬੜੀ ਕੁਆਲੀਸ਼ਾਨ ਬਿਲਡਿੰਗ ਹੋ ਸੀਗੀ ਲੇਕਿਨ ਘੁੱਟਦਿਆਂ ਵਿਚਕਾਰ ਉਹਨੇ ਸੌੜੀ ਜਿਹੀ ਅਤੇ ਥੋੜ੍ਹੀ ਜਿਹੀ ਕਰ ਛੱਡੀ ਆ ਇਸ ਗੱਲਾਂ ਦੀ ਸਮਝ ਨਹੀਂ ਆਈ ਕੋਈ ਹਿੰਦੂ ਬੇਲੀ ਦੱਸ ਸਕਦਾ ਬਰਕੇ ਵੇਖੋ ਵਕਤਾਂ ਨਾਲ ਬੰਦੇ ਹਟਾ ਗਏ ਉਸ ਸੰਗੇ ਇਹ ਬਸ ਸੰਗੀ ਇਸ ਨੇ ਕਿਲੇ ਵਿੱਚ ਇਹ ਇਹਨਾਂ ਦਾ ਮੁਕੱਦਸ ਤਲਾ ਹੈ ਇੱਥੇ ਆ ਕੇ ਨਹਾਉਂਦੇ ਦੋਨਦੇ ਜਿਹਦੇ ਨਾਲ ਉਹਨਾਂ ਦੇ ਪਾਪ ਜੜਦੇ ਨੇ ਅਤੇ ਇਹਦੇ ਵਿੱਚ ਨਾ ਵੇਖੋ ਨਾ ਤੁਹਾਡੇ ਤਲਾਬ ਵਿਖੇਂਦੇ ਆ ਪਤਾ ਨਹੀਂ ਇੱਥੇ ਸਕਰੀਨ ਚੋਣੀ ਜਾਂ ਨਹੀਂ ਬਸ ਇੰਝ ਆਜ਼ਾਦ ਟੁਰਦੀਆਂ ਵਧੀਆਂ ਮੱਛੀਆਂ ਪਿਹੜੀ ਵਾਰੀ ਵੇਖੀਆਂ ਸਨ ਆਹ ਵੱਡੀਆਂ ਵੱਡੀਆਂ ਨੀਸ਼ਰ ਨੀਸ਼ਰ ਦੀਆਂ ਮੱਛੀਆਂ ਸਾਫ਼ ਸੁਥਰਾ ਤਲਾ ਹੈ ਵਿੱਚ ਬੋਨੀਆਂ ਵਧੀਆਂ ਕਿਉਂ ਜੇ ਹਿੰਦੂ ਮਜ਼ਹਬ ਵਿੱਚ ਗੋਸ਼ਤ ਖਾਣੇ ਦੇ ਮਨ ਹੈ ਤਾਂ ਇਹ ਬਿਲਕੁਲ ਆਜ਼ਾਦ ਹੈ ਨਹੀਂ ਨਾ ਕਿਸੇ ਕੋਲ ਫੜਨਾ ਨਾ ਕਿਸੇ ਕੋਲ ਜਾਖਣਾ ਅਤੇ ਇਸ ਵਾਸਤੇ ਮੌਜਾਂ ਮਾਰਦੀਆਂ ਵਧੀਆਂ ਅਤੇ ਇਹਦੀ ਦੱਸਦੇ ਪੈਣ ਬਸ 3 ਫੁੱਟ ਗਹਿਰਾਈ ਹੈ ਅਤੇ ਚੋਣਾ ਸਵਾਦੀ ਨੀਲਾ ਪਾਣੀ ਸੋਹਣਾ ਪਿਆ ਦਿਸਦਾ ਅਤੇ ਆਸੇ ਪਾਸੇ ਵੀ ਇਹ ਇੱਥੋਂ ਖਲੋ ਕੇ ਵੇਖਣ ਵਾਲਾ ਸਿਲਸਿਲਾ ਬੜਾ ਬੱਠਾ ਬਣਿਆ ਹੋਇਆ ਇੱਥੇ ਤਾਂ ਢੇਰ ਅੱਗਾਂ ਜੇ ਜੋ ਸ਼ਾਇਦ ਦੂਹਾ ਵੇਖਣ ਨਿੱਕਾ ਪਿਆ ਲੱਗਦਾ ਜੀ ਅੱਗਾਂ ਘੱਟ ਰਿਹਾ ਜੇ ਵੱਧਦਾ ਹੀ ਪੈਂਦਾ ਤਾਂ ਸਬੂਤ ਖਲੋਤੀ ਹੈ
ਹਰ ਮਜ਼ਹਬ ਦੀ ਮੁਕੱਦਸ ਇਸ ਜਾਈ ਨਾਲ ਬਣਾਉਂਦੇ, ਆਪਣੇ ਆਪਣੇ ਮੁਕੱਦਸ ਪਾਣੀ ਵੀ ਗਏ, ਜਿਵੇਂ ਸਾਡੇ ਕੋਲ ਆਬੇ ਜ਼ਮ ਜ਼ਮ ਬੜਾ ਮੁਕੱਦਸ ਅਤੇ ਬਰਕਤਾਂ ਅਤੇ ਰਹਿਮਤ ਵਾਲਾ ਪਾਣੀ, ਇੰਨੇ ਹੀ ਅਸੀਂ ਗੁਰਦੁਆਰਾ ਸਾਹਿਬ ਗਏ ਹਾਂ ਅਤੇ ਉਹਨਾਂ ਦੇ ਕੋਲ ਵੀ ਅੰਮ੍ਰਿਤ ਜਲ ਬਾਬੇ ਗੁਰੂ ਨਾਨਕ ਦੇ ਖੂਹ ਦਾ ਪਾਣੀ, ਅਤੇ ਅੱਜ ਇੱਥੇ ਹਿੰਦੂਆਂ ਦੇ ਮੁਕੱਦਸ ਜਾਏ 'ਤੇ ਆਇਆ ਅਤੇ ਇਹਨਾਂ ਦਾ ਵੀ ਇਹ ਤਲਾਬ ਇੱਥੇ ਅੰਮ੍ਰਿਤ ਜਲ ਹੈ, ਮੁਕੱਦਸ ਪਾਣੀ ਹੈ, ਜਿਹਦੇ ਵਿੱਚ ਆ ਕੇ ਨਹਾਉਂਦੇ ਧੋਂਦੇ ਨੇ, ਨੰਦੇ ਗੁਨਾਹ ਜੜਦੇ ਨੇ, ਬਰਕਤਾਂ ਵਾਸਤੇ ਪਾਣੀ ਪੀਂਦੇ ਨੇ, ਉੱਥੇ ਮੀਆਂ ਨਿਵਾਜ਼ ਸ਼ਰੀਫ ਸਾਹਿਬ ਫਿਲਟਰੇਸ਼ਨ ਪਲਾਂਟ ਲਵਾ ਗਏ, ਇੱਥੋਂ ਭਰ ਭਰ ਕੇ ਬੋਤਲਾਂ ਲੈ ਵੀ ਵਹਿੰਦੇ ਸਨ ਗਏ, ਅਤੇ ਹੈ ਨਾ ਇਹ ਹੁਣ ਇਸ ਤਲਾਬ ਦੇ ਆਸੇ ਪਾਸੇ ਹਰ ਪਾਸੇ ਹੁਣ ਇਹਨਾਂ ਦੀਆਂ ਇਮਾਰਤਾਂ ਹਨ, ਪੁਰਾਣੀਆਂ ਬਿਲਡਿੰਗਾਂ ਹਨ, ਜਿੱਥੇ ਉਹ ਅੱਗੇ ਉੱਥੇ ਉੱਤੋਂ ਅਸੀਂ ਥੋ ਕੇ ਤੁਹਾਨੂੰ ਪੀਂਦੇ ਪਏ ਸੀ, ਅਤੇ ਹੁਣ ਥੱਲੇ ਆਏ ਹਾਂ ਸਵਾਦੀ ਵੇਖਣ ਵਾਲੀ ਜਗ੍ਹਾ।